ਸਾਡੇ ਉੱਪਰ ਇੱਕ ਜਨਰਲ ਧਰਮਸ਼ਾਲਾ ਦਾ ਅਸੀਂ ਕਮਰਾ ਬਣਾਇਆ ਸੀ ਪ੍ਰਿੰਸੀਪਲ ਭਾਈ ਸਿੰਘ ਦਾ, ਜੇ ਸਾਹਿਬ ਮੇਰੇ ਨਾਲ ਖੜੇ, ਜੇ ਸਾਹਿਬ ਨੇ ਉਹਨਾਂ ਦਾ ਐਸਟੀਮੇਟ ਲਵਾ ਕੇ, ਜੇ ਸਾਹਿਬ ਬਹੁਤ ਅੱਛੇ ਇਨਸਾਨ, ਇਹਨਾਂ ਨੇ ਕਾਫੀ ਅੱਛੀ ਤਰ੍ਹਾਂ ਕੰਮ ਕਰਵਾਇਆ ਤੇ ਉਹ ਥੋੜਾ ਜਿਹਾ ਅਧੂਰਾ ਰਹਿੰਦਾ। ਮੈਡਮ ਜੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਨੀ ਹੈ, ਉਹਨਾਂ ਨੇ ਪੱਥਰ ਮੈਡਮ ਜੀ ਨੇ ਰੱਖਿਆ ਸਾਡੇ ਉਹਨਾਂ ਦੇ ਸਾਡੇ ਚੌਧਰੀ ਪਾਸਰਾਮ ਜੀ ਭੂਮਲਾ ਸਵਰਗ ਵਾਸੀ ਇਹਨਾਂ ਦੀ ਯਾਦ ਵਿੱਚ ਉਹ ਪੱਥਰ ਰੱਖਿਆ ਗਿਆ। ਅਸੀਂ ਮੈਡਮ ਜੀ ਤੁਹਾਨੂੰ ਬੇਨਤੀ ਕਰਦੇ ਹਾਂ, ਥੋੜ੍ਹਾ ਜਿਹਾ ਕੰਮ ਅਧੂਰਾ ਰਹਿ ਗਿਆ, 2 ਲੱਖ ਦੀ ਗ੍ਰਾਂਟ ਸਾਨੂੰ ਦੇ ਦਿਓ ਤਾਂ ਕਿ ਅਸੀਂ ਉਹਨੂੰ ਕੰਪਲੀਟ ਕਰ ਸਕੀਏ, ਤਾਂ ਕਿ ਉਹ ਧਰਮਸ਼ਾਲਾ ਸਾਡੇ ਕੰਮ ਆ ਸਕੇ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਪਿੰਡ ਨੂੰ ਇਹ ਜਿਹੜਾ ਟਾਈਮ ਦਿੱਤਾ ਉਹਦੇ ਲਈ ਅਸੀਂ ਤੁਹਾਡੇ ਹਮੇਸ਼ਾ ਰਹੀ ਰਹਾਂਗੇ। ਔਰ ਸਾਡੇ 'ਤੇ ਕਿਰਪਾ ਕਰੋ, ਜਿੰਨੀ ਵੱਧ ਤੋਂ ਵੱਧ ਗ੍ਰਾਂਟ ਦੇ ਸਕਦੇ ਹਾਂ ਦੇ ਕੇ ਸਾਡੇ ਕੰਮ ਜਿਹੜੇ ਚਾਲੂ ਹੋ ਸਕਣ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਇੱਥੇ ਆਇਆ ਅਤੇ ਜੀ ਆਇਆ, ਬਹੁਤ ਧੰਨਵਾਦ। ਜੈ ਹਿੰਦ। ਜੋ ਪਿੰਡ ਦੀ ਡਿਮਾਂਡ ਸਰਪੰਚਾਂ ਨੇ 2 ਲੱਖ ਰੁਪਏ ਦੀ ਦਿੱਤੀ ਹੈ, ਉਹਨਾਂ ਦੇ ਸਰਪੰਚਰਾਮ ਜੀ ਦੀ ਜਿਹੜੀ ਯਾਦਗਾਰ ਦੇ ਵਿੱਚ ਉਹ ਅਸੀਂ ਜਿਹੜੀ 2 ਲੱਖ ਰੁਪਏ ਦੀ ਉਹ ਖੇਤੀ ਇਹਨਾਂ ਦੀ ਪੂਰੀ ਕਰਾਂਗੇ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਲੱਗਣੇ ਚਾਹੀਦੇ 2 ਮਹੀਨੇ ਤੋਂ ਉੱਪਰ ਹੋ ਗਿਆ ਡੀ ਏ ਵੀ ਸਕੂਲ ਦੇ ਗਰਾਊਂਡ 'ਚ ਘਾਹ ਖੋਦਿਆਂ ਨੂੰ 15 ਬੰਦਿਆਂ ਨੂੰ, ਪਿੰਡ ਸਾਰਾ ਇੰਨਾ ਦਾ ਘਾਹ ਹੋਇਆ, ਪਿੰਡ 'ਚ ਉੱਥੇ ਲੱਗਦੀ ਨਹੀਂ। ਸਾਹਮਣੇ ਕਹਿਤਾ ਪੱਤਰਕਾਰ ਦਾ ਜਾਂ ਬਾਬੂ ਰੇਲਵੇ ਜੇਲ੍ਹ ਜਾਂ ਫਸ ਗਿਆ ਜਾਂ ਅਗਲਾ ਫਸਾ ਲਿਆ ਉਹਨੂੰ, ਸਿੱਧੀ ਗੱਲ ਹੈ। ਤੁਸੀਂ 2 ਮਹੀਨੇ ਤੋਂ ਹੋ ਗਏ ਉੱਪਰ ਗਰਾਊਂਡ ਵਿੱਚ ਬੰਦੇ ਲਾਏ ਹੋਏ ਡੀ ਆਈ ਸਕੂਲ 'ਚ, ਉੱਥੇ ਕੋਈ ਗੰਦ ਨਾ, ਕੋਈ ਗੱਲ ਨਾ, ਕੋਈ ਬਾਤ ਨਾ, ਉੱਥੇ ਪੰਚਾਇਤ ਦੇ ਬੰਦਿਆਂ ਦੇ ਅਨੁਸਾਰ ਸੋਮਵਾਰ ਤੋਂ ਸੇਵਾ ਕੇਂਦਰ ਦੇ ਸਾਹਮਣੇ ਸਰਕਾਰ ਆ ਰਹੀ ਹੈ ਤੇ ਗੌਰਮੈਂਟ ਕੱਲ੍ਹ ਜਿੱਥੇ ਜਨਤਾ ਆ ਰਹੀ ਉੱਥੇ ਤਾਂ ਕਰੋ, ਉੱਥੇ ਤਾਂ ਕਰੋ ਬਿਲਕੁਲ, ਇੱਕੋ ਜਗ੍ਹਾ ਬੈਠੇ ਗਰਾਊਂਡ 'ਚ ਤੁਸੀਂ 2 ਮਹੀਨੇ ਹੋ ਜਰੂਰੀ ਹੈ ਜੀ।